ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਗੁਰੂ ਗਿਆਨ ਟੀਵੀ ਰਾਹੀਂ ਇਸ ਬਾਣੀ ਦਾ ਜੋ ਰਾਗਾਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਕੀਤਾ ਹੈ, ਰਾਗ ਸੰਗੀਤ ਜਿਸ ਰਾਹੀਂ ਪਰਿਪੂਰਨ ਸ਼ਬਦ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਸ ਸ਼ਬਦ ਨੂੰ ਹਿਰਦੇ ਵਿੱਚ ਲੈ ਕੇ ਜਾਣ ਲਈ ਅੰਦਰ ਤੱਕ ਉਤਾਰ ਕੇ ਮਨ ਤਨ ਸ਼ੀਤਲ ਹੋਏ ਵਾਲੀ ਅਵਸਥਾ ਪ੍ਰਾਪਤ ਕਰਨ ਲਈ ਇਹ ਸੰਗੀਤ ਇਸ ਰਾਗ ਨੂੰ ਸਮਝਣਾ ਜ਼ਰੂਰੀ ਹੈ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਗਿਆਨ ਟੀਵੀ ਰਾਹੀਂ ਗੁਰੂ ਗਿਆਨ ਮਿਸ਼ਨ ਟੀਮ ਅਤੇ ਭਾਈ ਰਾਮ ਸਿੰਘ ਕਥਾਵਾਚਕ ਉੱਪਰ ਸਤਿਗੁਰਾਂ ਨੇ ਮਿਹਰ ਭਰਿਆ ਹੱਥ ਰੱਖ ਕੇ ਇਹ ਉੱਦਮ ਇਹ ਉਪਰਾਲਾ ਕਰਨ ਦਾ ਬਲ ਬਖਸ਼ਿਆ ਕਿ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਜੋ ਰਾਗ ਪਰੰਪਰਾ ਜੋ ਸੰਗੀਤ ਪਰੰਪਰਾ ਅਤੇ ਜਿਸ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਬਾਣੀ ਨੂੰ ਦਰਜ ਕੀਤਾ, ਉਸ ਤਰਤੀਬ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਾਗਾਂ ਦਾ ਜੋ ਮੁੱਢਲਾ ਗਿਆਨ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਅਲੱਗ ਅਲੱਗ ਐਪੀਸੋਡ ਦੇ ਵਿੱਚ ਤਰਤੀਬ ਵਾਰ 31 ਮੁੱਖ ਰਾਗਾਂ ਦਾ ਅਧਿਐਨ ਕਰਨ ਦਾ ਇਹ ਜੋ ਛੋਟਾ ਜਿਹਾ ਯਤਨ ਹੈ ਸਤਿਗੁਰਾਂ ਦੀ ਬਖਸ਼ਿਸ਼ ਨਾਲ ਇਹ ਹੋ ਰਿਹਾ ਹੈ। ਸੰਗਤਾਂ ਇਸ ਚੀਜ਼ ਤੋਂ ਲਾਹਾ ਲੈ ਰਹੀਆਂ ਹਨ। ਗੁਰੂ ਗਿਆਨ ਟੀਵੀ ਦੇ ਪਿਛਲੇ ਐਪੀਸੋਡਸ ਦੇ ਵਿੱਚ ਇਸ ਪ੍ਰੋਗਰਾਮ ਵਿੱਚ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ 15 ਰਾਗ ਸਰਵਣ ਕਰ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਤਰਤੀਬ ਵਾਰ ਜੋ 16ਵਾਂ ਰਾਗ ਹੈ ਉਹ ਹੈ ਰਾਗ ਬਿਲਾਵਲ, ਜਿਸ ਬਾਰੇ ਅਸੀਂ ਅੱਜ ਇਸ ਐਪੀਸੋਡ ਦੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਉਸਦਾ ਮੁੱਢਲਾ ਸਰੂਪ ਜਾਣਨ ਦਾ ਯਤਨ ਕਰਾਂਗੇ। ਨਾਲ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਵਿੱਚੋਂ ਰਾਗ ਬਿਲਾਵਲ ਵਿੱਚੋਂ ਇੱਕ ਸ਼ਬਦ ਗਾਇਨ ਕਰਕੇ ਇਸ ਰਾਗ ਨੂੰ ਸਮਝਣ ਦਾ ਜੋ ਹੋਰ ਉਪਰਾਲਾ ਕਰਾਂਗੇ। ਸਤਿਗੁਰੂ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਰਾਗ ਬਿਲਾਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 794 ਤੋਂ 858 ਤੱਕ ਇਸ ਵਿੱਚ ਬਾਣੀ ਦਰਜ ਹੈ। ਰਾਗ ਬਿਲਾਵਲ ਭਾਰਤੀ ਅਤੇ ਗੁਰਮਤਿ ਸੰਗੀਤ ਪਰੰਪਰਾ ਦਾ ਬੜਾ ਹੀ ਪ੍ਰਸਿੱਧ ਰਾਗ ਹੈ। ਅੰਮ੍ਰਿਤ ਵੇਲੇ ਪਹਿਲੇ ਪਹਿਰ ਵਿੱਚ ਗਾਇਆ ਜਾਣ ਵਾਲਾ ਇਹ ਰਾਗ, ਇਸ ਨੂੰ ਸਵੇਰ ਦਾ ਕਲਿਆਣ ਵੀ ਕਿਹਾ ਜਾਂਦਾ ਹੈ। ਲਗਭਗ ਸਾਰੇ ਹੀ ਮੱਧਕਾਲੀਨ ਸੰਗੀਤ ਗ੍ਰੰਥਾਂ ਵਿੱਚ ਇਸ ਦਾ ਉਲੇਖ ਹੈ, ਜਿਸ ਕਰਕੇ ਇਸ ਦੀ ਲੋਕਪ੍ਰਿਯਤਾ ਦਾ ਪਤਾ ਲੱਗਦਾ ਹੈ। ਸੰਸਕ੍ਰਿਤ ਦੇ ਸੰਗੀਤ ਗ੍ਰੰਥਕਾਰਾਂ ਨੇ ਇਸ ਰਾਗ ਦਾ ਨਾਮ ਬਿਲਾਵਲੀ ਬਿਲਾਵਲੀ ਜਾਂ ਬਿਲਾਵਲੀ ਅੰਕਿਤ ਕੀਤਾ ਹੈ। ਰਾਗ ਬਿਲਾਵਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮਹੱਲਾ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਦਰਜ ਹੈ। ਨਾਲ ਦੇ ਨਾਲ ਬਿਲਾਵਲ ਰਾਗ ਵਿੱਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਵੀ ਦਰਜ ਹੈ। ਰਾਗ ਬਿਲਾਵਲ ਸੰਬੰਧੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੁਰਮਾਨ ਹੈ, ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ। ਇਸ ਨੂੰ ਰਾਗ ਬਿਲਾਵਲ ਨੂੰ ਸਵੇਰ ਦਾ ਕਲਿਆਣ ਵੀ ਕਿਹਾ ਜਾਂਦਾ ਹੈ। ਰਾਗ ਬਿਲਾਵਲ ਦਾ ਵਾਦੀ ਸਵਰ ਦੈਵਤ ਹੈ, ਸੰਵਾਦੀ ਗੰਧਾਰ ਹੈ, ਥਾਟ ਬਿਲਾਵਲ ਦਾ ਹੈ ਅਤੇ ਗਾਇਨ ਦਾ ਸਮਾਂ ਦਿਨ ਦਾ ਦੂਸਰਾ ਪਹਿਰ। ਇਸ ਦੀ ਜਾਤੀ ਸੰਪੂਰਨ ਸੰਪੂਰਨ ਹੈ, ਸਾਰੇ ਹੀ ਸ਼ੁੱਧ ਸਵਰ ਇਸ ਵਿੱਚ ਲੱਗਦੇ ਹਨ। ਆਓ ਰਾਗ ਬਿਲਾਵਲ ਦਾ ਆਰੋਹ ਅਤੇ ਅਵਰੋਹ ਉਸ ਨੂੰ ਦੇਖੀਏ। ਸ਼ੁੱਧ ਸਵਰਾਂ ਦਾ ਸੁਮੇਲ ਰਾਗ ਬਿਲਾਵਲ ਵਿੱਚ ਹੈ ਅਤੇ 12 ਥਾਟ ਜੋ ਭਾਰਤੀ ਸੰਗੀਤ ਪੱਧਤੀ ਦੇ ਹਨ
ਉਹਨਾਂ ਦਾ ਇਹ ਥਾਟ ਬਿਲਾਵਲ ਦਾ ਆਸ਼ਰੇ ਰਾਗ ਰਾਗ ਬਿਲਾਵਲ ਹੈ। ਆਓ ਇਸ ਦੀ ਪਕੜ ਜੋ ਮੁੱਖ ਅੰਗ ਰਾਗ ਬਿਲਾਵਲ ਦਾ ਹੈ ਉਹ ਦੇਖੀਏ। ਕੁਝ ਹੋਰ ਸਵਰ ਸਮੂਹਾਂ ਰਾਹੀਂ ਸਵਰ ਵਿਸਥਾਰ ਕਰਕੇ ਰਾਗ ਬਿਲਾਵਲ ਦਾ ਸਰੂਪ ਜੋ ਹੈ ਇਸਨੂੰ ਖੋਲਣ ਦਾ ਯਤਨ ਕਰੀਏ। ਸਵਰ ਸਮੂਹ ਰਾਗ ਬਿਲਾਵਲ ਦੀ ਪਛਾਣ ਕਰਦੇ ਹਨ। ਆਓ ਰਾਗ ਬਿਲਾਵਲ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਗੁਰੂ ਅਰਜਨ ਦੇਵ ਮਹਾਰਾਜ ਦੁਆਰਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਰਾਗ ਬਿਲਾਵਲ ਵਿੱਚ ਪਵਿੱਤਰ ਅੰਗ 806 ਉੱਪਰ ਦਰਜ ਹੈ। ਆਓ ਰਾਗ ਬਿਲਾਵਲ ਵਿੱਚ ਇਸ ਸ਼ਬਦ ਦਾ ਗਾਇਨ ਪੰਚਮ ਪਿਤਾ ਦੁਆਰਾ ਬਖਸ਼ਿਸ਼ ਕੀਤੇ ਹੋਏ ਇਸ ਸ਼ਬਦ ਦਾ ਗਾਇਨ ਸਰਵਣ ਕਰੀਏ। ਕਾਰਜ ਸਤਿਗੁਰ ਆਪ
ਸਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਕਲਿਆਣ ਵਿਚਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਸਗਲ ਆਨੰਦ ਕੀਆ ਪਰਮੇਸ਼ਰ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਸਾਧ ਜਨਾ ਸਤਿਗੁਰ ਆਪ ਸਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਵੱਡੀ ਆਰਜਾ ਹਰ ਗੋਬਿੰਦ ਕੀ ਕਲਿਆਣ ਵਿਚਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵਣ ਤ੍ਰਿਣ ਤ੍ਰੇ ਪਾਵਣ ਹਰਿਆ ਹੋ
सगले जी साधारिया वन त्रिण त्रे पावन हारिया हो वन त्रिण त्रे पावन हारे सगले जी साधारिया मन इच्छे नानक फल पाए मन इच्छे नानक फल पाए सत गुर आप सवारिया कारज सत गुर आप सवारिया बड़ी आर जा हर गोविंद की बड़ी आर जा हर गोविंद की सुख मंगल कल्याण विचारिया कारज सत गुर आप सवारिया कारज सत गुर आप सवारिया सगले आनंद किया परमेश्वर सगले आनंद किया परमेश्वर अपना बिरद संवारिया अपना बिरद संवारिया साध जना होए कृपाला साध जना होए कृपाला बिगसे सब परवारिया बिगसे सब परवारिया सतगुर आप सवारिया कारज सतगुर आप सवारिया वड्डी आर जा हर गोविंद की वड्डी आर जा हर गोविंद की कल्याण विचारिया कारज सतगुर आप सवारिया कारज सतगुर आप सवारिया कारज सतगुर आप सवारिया इसी राग बिलावल विच पंचम पिता गुरु अर्जन देव महाराज का उच्चारण किया होया शब्द असीं सरवण किया सतगुरु कृपा करन इसे तरह ही चढ़दी कला दे विच शब्द नाल असीं जुड़दे रहिए
ਰਾਗਾਂ ਦੀ ਜਾਣਕਾਰੀ ਦੀ ਇਸ ਲੜੀ ਇਸ ਪ੍ਰੋਗਰਾਮ ਦੇ ਵਿੱਚ ਅੱਜ 16ਵਾਂ ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਗ ਬਿਲਾਵਲ ਅਸੀਂ ਸਰਵਣ ਕੀਤਾ ਹੈ। ਅਗਲੇ ਐਪੀਸੋਡ ਦੇ ਵਿੱਚ ਅਗਲਾ ਰਾਗ ਜੋ ਤਰਤੀਬ ਅਨੁਸਾਰ ਹੋਵੇਗਾ ਉਹ ਸਰਵਣ ਕਰਾਂਗੇ। ਭੁੱਲ ਚੁੱਕ ਦਿਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।